ਪਾਈਆ ਕੀ ਕਾਰਨ ਹੈ? ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਸਰਕਾਰ ਨੂੰ ਇਸ ਗੱਲ ਦੀ ਵਧਾਈ ਦਿੰਦਾ ਆਪ ਜੀ ਰਾਹੀਂ ਕਿ ਉਹਨਾਂ ਨੇ ਬਹੁਤ ਵਧੀਆ ਕਦਮ ਚੁੱਕਿਆ। ਜੋ ਲੋਕ ਭ੍ਰਿਸ਼ਟਾਚਾਰ ਦੇ ਸ਼ਿਕਾਰ ਸੀ ਉਹਨਾਂ ਨੂੰ ਕੋਈ ਰਾਹ ਨਹੀਂ ਸੀ ਲੱਭਦਾ ਵੀ ਕਿੱਥੇ ਜਾਣ, ਹੁਣ ਘੱਟੋ ਘੱਟ ਇੱਕ ਰਾਹ ਮਿਲ ਗਿਆ। ਅੱਗੇ ਕਾਰਵਾਈ ਸਰਕਾਰ ਕੀ ਕਰਦੀ ਹੈ ਇਹ ਮੇਰੇ ਖਿਆਲ ਰਿਜ਼ਲਟ ਵਧੀਆ ਦਿਓ। ਜਿੱਥੋਂ ਤੱਕ ਅਸੀਂ ਸ਼ਿਕਾਇਤ ਦੀ ਗੱਲ ਕਰਦੇ ਹਾਂ, ਗਊਸ਼ਾਲਾ ਬਠਿੰਡਾ 1906 ਤੋਂ ਸਥਾਪਿਤ ਹੈ, ਇਸ ਸਮੇਂ 3100 ਗਊ ਵੰਸ਼ ਦੀ ਅਸੀਂ ਪਰਵਰਿਸ਼ ਕਰ ਰਹੇ ਹਾਂ। ਇਹ ਸਭ ਦਾਨ ਪੁੰਨ, ਜੋ ਲੋਕ ਗਊ ਭਗਤ ਹੈ ਉਹਨਾਂ ਦੇ ਦਾਨ ਪੁੰਨ ਨਾਲ ਹੀ ਚੱਲਦਾ ਹੈ। ਸਾਡੇ ਸਾਬਕਾ ਪ੍ਰਧਾਨ ਸ਼੍ਰੀ ਸਾਧੂ ਰਾਮ ਗੋਇਲ ਜੀ ਨੇ 6 ਕਨਾਲ 15 ਮਰਲੇ ਰਕਬਾ ਗਊਸ਼ਾਲਾ ਬਠਿੰਡਾ ਨੂੰ ਰਿਫਾਇਨਰੀ ਰੋਡ 'ਤੇ ਦਾਨ 'ਚ ਦਿੱਤਾ ਸੀ। ਉਹ ਜੋ 3 ਕਨਾਲ 3 ਮਰਲੇ ਰਕਬਾ ਸੀ ਜੋਗਿੰਦਰ ਸਿੰਘ ਤੋਂ ਪੂਰਾ ਕਰਾਉਣਾ ਸੀ, ਪਾਵਰ ਅਟੋਰਨੀ ਉਹਨਾਂ ਨੇ ਮੈਨੂੰ ਦਿੱਤੀ ਹੋਈ ਸੀ। ਮੈਂ ਮੇਰੇ ਨਾਲ ਸਾਡੇ ਸੰਜੇ ਬੋਵੀ ਜੀ ਜੋ ਇਹਨਾਂ ਨੂੰ ਗਊਸ਼ਾਲਾ ਵੱਲੋਂ ਅਥਾਰਟੀ ਸੀ ਰਜਿਸਟਰੀ ਕਰਾਉਣ ਦੀ, ਸਾਡੇ ਕੈਸ਼ੀਅਰ ਗੁਪਤਾ ਜੀ ਜਸ਼ਵਿੰਦਰ ਗੁਪਤਾ ਜੀ ਵੀ ਨਾਲ ਸੀ, ਅਤੇ ਜੋਗਿੰਦਰ ਸਿੰਘ ਪੁੱਤਰ ਭਾਗ ਸਿੰਘ ਪਿੰਡ ਸ਼ੇਖੂ ਵੀ ਸਾਡੇ ਨਾਲ ਸੀ। ਔਰ ਸਾਡਾ ਇਹ ਰਜਿਸਟਰੀ ਕਰਾਉਣ ਦਾ ਸਮਾਂ ਅਤੇ ਤਰੀਕ ਭਗੀਰਥ ਰਾਏ ਬਾਂਸਲ ਐਡਵੋਕੇਟ ਤਲਵੰਡੀ ਸਾਹਿਬੋਂ ਨੇ ਔਨਲਾਈਨ ਲੈ ਰੱਖੀ ਸੀ। ਰਜਿਸਟਰੀ ਦੇ ਸਾਰੇ ਕਾਗਜ਼ ਪੱਤਰ ਪੂਰੇ ਸੀ। 28 ਜਨਵਰੀ ਨੂੰ ਅਸੀਂ ਜਦੋਂ 10:30 ਤਹਿਸੀਲਦਾਰ ਨਾਇਬ ਤਹਿਸੀਲਦਾਰ ਤਲਵੰਡੀ ਸਾਬੋ ਦੇ ਦਫ਼ਤਰ ਦੇ ਅੱਗੇ ਪਹੁੰਚ ਗਏ ਤਾਂ ਉੱਥੇ ਕੋਈ ਰਸ਼ ਨਹੀਂ ਸੀਗਾ, ਉਹ ਇਕੱਲੇ ਆਪਦੇ ਕਮਰੇ 'ਚ ਬੈਠੇ ਸੀ ਅਤੇ ਅਸਾਂ ਨੂੰ 3 ਘੰਟੇ ਉਹਨਾਂ ਨੇ ਖੜਾਈ ਰੱਖਿਆ। ਇੱਕ ਵਾਰੀ ਮੈਂ ਵੀ ਕੋਸ਼ਿਸ਼ ਕੀਤੀ ਉਹਨਾਂ ਦੇ ਕਮਰੇ ਜਾਣ ਦੀ, ਪਰੰਤੂ ਉਹਨਾਂ ਨੇ ਮੈਨੂੰ ਕਹਿੰਦੇ ਬਾਹਰ ਚੱਲ। ਫਿਰ ਅਸੀਂ ਸ਼੍ਰੀ ਮਨਪ੍ਰੀਤ ਸਿੰਘ ਬਾਦਲ ਦੇ OSD ਤੋਂ ਵੀ ਫੋਨ ਕਰਾਇਆ, ਉਹਨਾਂ ਦੀ ਵੀ ਕੋਈ ਗੱਲ ਨਹੀਂ ਸੁਣੀ। ਫਿਰ ਅਸੀਂ ਉੱਥੋਂ ਦੇ ਕਾਂਗਰਸੀ ਲੀਡਰ ਜੋ ਹੈ ਖੁਸ਼ਵਾਦ ਜਟਾਣਾ ਤੋਂ ਵੀ ਫੋਨ ਕਰਾਇਆ, ਫਿਰ ਵੀ ਉਹਨਾਂ ਨੇ ਕੋਈ ਗੱਲ ਨਾ ਸੁਣੀ। ਕਰੀਬ 2 ਵਜੇ ਜੋ ਵਕੀਲ ਭਗੀਰਥ ਰਾਏ ਵਕੀਲ ਦਾ ਮੁਨਸ਼ੀ ਸੀ ਉਹ ਨਾਇਬ ਤਹਿਸੀਲਦਾਰ ਦੇ ਕਮਰੇ 'ਚ ਗਿਆ ਅਤੇ ਉਹਨੇ ਉਹਦੇ ਕੰਨ 'ਚ ਕੋਈ ਖੁਸਰ ਮੁਸਰ ਜਿਹੀ ਕੀਤੀ ਅਤੇ ਨਾਇਬ ਤਹਿਸੀਲਦਾਰ ਜਗਤਾਰ ਸਿੰਘ ਨੇ ਆਪਦੇ ਲੀਡਰ ਨਾਲ ਅੱਖ ਜੀ ਅੱਖ ਮਿਲਾ ਕੇ ਉਹਨੇ ਵੀ ਇਸ਼ਾਰਾ ਜਿਹਾ ਕੀਤਾ, ਸਿਰ ਜਿਹਾ ਹਿਲਾਇਆ। ਅਸੀਂ ਬਾਹਰੋਂ ਸ਼ੀਸ਼ੇ ਵਿੱਚੋਂ ਦੇਖ ਰਹੇ ਸੀ ਤਾਂ ਸਾਨੂੰ ਕਹਿੰਦੇ ਵੀ ਸ਼ੀਸ਼ੇ ਅੱਗੇ ਖੜ੍ਹ ਜਾਓ, ਤੁਹਾਡੇ ਵਸੀਕੇ ਤਸਦੀਕ ਕਰਨੇ ਆ। ਅਸੀਂ ਵਾਰੀ ਵਾਰੀ ਵਸੀਕੇ ਉਹ ਤੇ ਸ਼ੀਸ਼ੇ ਅੱਗੇ ਖੜ੍ਹ ਗਏ, ਸਾਡੇ ਵਸੀਕੇ ਤਸਦੀਕ ਕਰਤੇ ਅਤੇ ਅਸੀਂ ਵਾਪਸ ਆ ਗਏ। ਜਦੋਂ 5-7 ਦਿਨਾਂ ਬਾਅਦ ਸਾਨੂੰ ਰਜਿਸਟਰੀਆਂ ਤਸਦੀਕ ਕੀਤੀਆਂ ਨਕਲ ਮਿਲੀਆਂ ਅਤੇ ਨਾਲ ਸਲਿੱਪ ਮੰਗਾਈ ਖਰਚੇ ਦੀ, ਤਾਂ 30,000 ਰੁਪਏ ਖਰਚੇ ਦੀ ਜੋ ਸਲਿੱਪ ਸੀਗੀ ਉਹਦੇ ਵਿੱਚ 3,000 ਰੁਪਈਆ ਨਾਇਬ ਤਹਿਸੀਲਦਾਰ ਦਾ ਖਰਚਾ ਪਾਇਆ ਗਿਆ ਅਤੇ ਦੱਸਿਆ ਗਿਆ ਵੀ ਉਹਨੇ ਰਿਸ਼ਵਤ ਲਈ ਹੈ, 200 ਰੁਪਈਆ ਆਪਣੇ ਚਪੜਾਸੀ ਦੇ ਨਾਂ 'ਤੇ ਖਰਚਾ ਪਾਇਆ ਗਿਆ। ਅੱਛਾ, ਇਹ 3,000 ਰੁਪਈਆ ਰਿਸ਼ਵਤ ਨਾਇਬ ਤਹਿਸੀਲਦਾਰ ਜੋਗਿੰਦਰ ਆਪਣੇ ਜਗਤਾਰ ਸਿੰਘ ਨੇ ਲਈ। ਤੁਹਾਨੂੰ ਉਮੀਦ ਹੈ ਕਿਸ ਤਰ੍ਹਾਂ ਦੀ ਕਾਰਵਾਈ ਕਰੇਗੀ ਸਰਕਾਰ? ਦੇਖੋ, ਸਾਨੂੰ ਪੂਰੀ ਉਮੀਦ ਹੈ ਵੀ ਸਰਕਾਰ ਜੇ ਹੋਂਦ 'ਚ ਆਈ ਹੈ, ਲੋਕਾਂ ਨੇ ਝਾੜੂ ਫੇਰਿਆ ਤਾਂ ਇਸੇ ਕਰਕੇ ਫੇਰਿਆ ਵੀ ਕਰਪਸ਼ਨ ਤੋਂ ਬਹੁਤ ਦੁਖੀ ਸੀ, ਪੁਰਾਣੀਆਂ ਸਰਕਾਰਾਂ ਤੋਂ ਬਹੁਤ ਦੁਖੀ ਸੀ, ਅਤੇ ਜੇ ਸਰਕਾਰ ਕਰਪਸ਼ਨ ਦੇ ਖਿਲਾਫ ਵੀ ਕੁਛ ਹੁਣ ਨਹੀਂ ਕਰੂਗੀ ਤਾਂ ਮੇਰੇ ਖਿਆਲ ਹੈ ਵੀ ਜਲਦੀ ਹੀ ਸਰਕਾਰ ਲੋਕ ਇਹਨਾਂ 'ਤੇ ਵੀ ਝਾੜੂ ਫੇਰ ਦੇਣਗੇ। ਤੁਸੀਂ ਪਹਿਲਾਂ ਕਿਉਂ ਨਹੀਂ ਜਿਹੜੀ ਸ਼ਿਕਾਇਤ ਕੀਤੀ ਹੈ? ਪਹਿਲਾਂ ਵੀਰ ਜੀ, ਸ਼ਿਕਾਇਤ ਕਰਨ ਦਾ ਕੋਈ ਫਾਇਦਾ ਨਹੀਂ ਸੀ, ਕਿਉਂਕਿ ਉੱਤੋਂ ਲੈ ਕੇ ਥੱਲੇ ਦੇਖ ਜਿੰਨੇ ਇੱਥੇ SSP ਵਿਜੀਲੈਂਸ ਹੈ ਜਾਂ ਹੋਰ ਹੈ, ਸਾਰੇ ਕਰਪਟ ਹੈ, ਪੈਸੇ ਲੈਂਦੇ ਆ, ਮੰਥਲੀਆਂ ਲੈਂਦੇ ਆ। ਔਰ ਸਾਡੀ ਸ਼ਿਕਾਇਤ ਨੂੰ ਗੋਲ ਮੋਲ ਕਰਕੇ ਉਹਨਾਂ ਨੇ ਇਹਨੂੰ ਕਲੀਨ ਚਿੱਟ ਦੇ ਦੇਣੀ ਸੀ। ਸਾਨੂੰ ਉਮੀਦ ਸੀ ਵੀ ਸਰਕਾਰ ਦਾ ਬਦਲਾਅ ਆਏਗਾ ਅਤੇ ਸਾਨੂੰ ਕੋਈ ਨਾ ਕੁਛ ਜਿਵੇਂ ਢੁੱਕਵੇਂ ਸਮੇਂ 'ਤੇ ਹੀ ਸ਼ਿਕਾਇਤ ਕਰਨ ਦਾ ਫਾਇਦਾ। ਇਹ ਬਠਿੰਡੇ ਤੋਂ ਉਸ ਵੇਲੇ ਮਨਪ੍ਰੀਤ ਬਾਦਲ ਵਿੱਤ ਮੰਤਰੀ ਸੀਗੇ, ਇਹ ਮੌਜੂਦਾ ਕਦੇ ਉਹਨਾਂ ਨੂੰ ਤੁਸੀਂ ਸ਼ਿਕਾਇਤ ਕੀਤੀ ਇਹ ਜਦੋਂ ਉਮੀਦ ਹੀ ਨਹੀਂ ਸੀ ਉਹਨਾਂ ਤੋਂ? ਜਦੋਂ ਵਿੱਤ ਮੰਤਰੀ ਦੇ OSD ਨੇ ਫੋਨ ਕਰਤਾ ਉਹਨੂੰ ਵੀ ਪੁੱਛ ਕੇ ਸਿੱਟਦਾ, ਇਹਦਾ ਮਤਲਬ ਪੈਸੇ ਦਿੰਦਾ ਸੀਗਾ ਵਿੱਤ ਮੰਤਰੀ ਨੂੰ, ਵਿੱਤ ਮੰਤਰੀ ਨੂੰ ਪੈਸੇ ਦਿੰਦਾ ਸੀ, ਉਹਨੇ ਇੰਨੀ ਉਹਦੀ ਕੀ ਜ਼ਰੂਰਤ ਸੀ ਵੀ ਵਿੱਤ ਮੰਤਰੀ ਦੇ OSD ਦਾ ਫੋਨ ਗਿਆ ਹੋਵੇ ਅਤੇ ਨਾਇਬ ਤਹਿਸੀਲਦਾਰ ਫੋਨ ਨਾ ਸੁਣੇ ਜਾਂ ਰਜਿਸਟਰੀ ਨਾ ਕਰੇ। ਇਹ ਸਭ ਪੈਸੇ ਲੈਂਦੇ ਸੀਗੇ, ਤੰਦਰ ਖਾਤੇ ਕੋਈ ਰੌਲਾ ਨਹੀਂ ਸੀ ਇਸ ਗੱਲ 'ਚ। ਧੰਨਵਾਦ।